ਦਾ ਜਿਹੜਾ ਪ੍ਰੋਟੈਸਟ ਆ ਉਹ ਇੱਕ ਦੱਸਿਆ ਹੋਇਆ ਪ੍ਰੋਟੈਸਟ ਸੀਗਾ ਮੁਲਾਜ਼ਮ ਵਰਗ ਸਰਕਾਰ ਤੋਂ ਇੰਨਾ ਕੁ ਖਫਾ ਕਿ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਮੁਲਾਜ਼ਮਾਂ ਨੂੰ ਡੀਏ ਦਿੱਤਾ ਗਿਆ ਜਿਹੜਾ ਇੰਨੇ ਸਾਲ ਤੋਂ ਬਕਾਇਆ ਸੀ ਅਤੇ ਨਾ ਹੀ ਉਹਨਾਂ ਨੂੰ ਪੇ ਕਮਿਸ਼ਨ ਦੀ ਰਿਪੋਰਟ ਸਮੇਂ ਸਿਰ ਦਿੱਤੀ ਗਈ ਜੇ ਅੱਜ ਰਿਪੋਰਟ ਦਿੱਤੀ ਵੀ ਆ ਤਾਂ ਇੰਨੀ ਕੁ ਘਟਾ ਕੇ ਦਿੱਤੀ ਗਈ ਹੈ ਕਿ ਮੁਲਾਜ਼ਮਾਂ ਨੂੰ ਉਹਨਾਂ ਦੀ ਤਨਖਾਹ 'ਚ ਨਿਗੁਣਾ ਵਾਧਾ ਹੋ ਰਿਹਾ ਅਤੇ ਜਿੱਥੇ ਇਹਨਾਂ ਨੇ ਆਪਣੀਆਂ ਤਨਖਾਹਾਂ ਆਪਣੀਆਂ ਪੈਨਸ਼ਨਾਂ ਜਾਂ ਆਪਣੀਆਂ ਸੁੱਖ ਸਹੂਲਤਾਂ ਵਧਾਉਣੀਆਂ ਹੁੰਦੀਆਂ ਉੱਥੇ ਸਰਕਾਰ ਇੱਕ ਦਿਨ 'ਚ ਮਤਾ ਪਾ ਕੇ ਉਹਨੂੰ ਪਾਸ ਕਰਕੇ ਗਾਹ ਹੁੰਦੀ ਹੈ ਪਰ ਮੁਲਾਜ਼ਮਾਂ ਵੇਲੇ ਇਹਨਾਂ ਦਾ ਬੜਾ ਬੇਰੁਖਾ ਜਿਹਾ ਵਿਹਾਰ ਰਹਿੰਦਾ ਹੈ। ਸੁਖਜੀਤ ਸਿੰਘ, ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਜਲੰਧਰ। ਅੱਜ ਅਸੀਂ ਪੰਜਾਬ ਸਟੇਟ ਮਨਿਸਟਰੀਅਲ ਐਸੋਸੀਏਸ਼ਨ ਯੂਨੀਅਨ ਦੇ ਸੱਦੇ 'ਤੇ ਸੂਬੇ ਭਰ ਦੇ ਵਿੱਚ ਬਾਈਕ ਰੈਲੀਆਂ ਕੀਤੀਆਂ ਜਾ ਰਹੀਆਂ, ਜਿਹਦੇ ਸੰਬੰਧ 'ਚ ਅੱਜ ਸਹਿਕਾਰਤਾ ਭਵਨ ਜਲੰਧਰ ਤੋਂ ਇਕੱਠੇ ਹੋ ਕੇ ਵੱਖ ਵੱਖ ਚੌਂਕਾਂ 'ਚ ਹੁੰਦੇ ਹੋਏ ਡੀਸੀ ਦਫ਼ਤਰ ਦੇ ਬਾਹਰ ਇਸ ਬਾਈਕ ਰੈਲੀ ਨੂੰ ਅਸੀਂ ਖਤਮ ਕੀਤਾ ਹੈ। ਮੰਗਾਂ ਸਾਡੀਆਂ ਉਹੀ ਨੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ, ਜਿਹੜਾ ਲੰਗੜਾ ਪੇ ਕਮਿਸ਼ਨ ਸਰਕਾਰ ਨੇ ਦਿੱਤਾ ਉਹਨੂੰ ਤੁਰੰਤ ਸੋਧ ਕੇ ਲਾਗੂ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਮੀਟਿੰਗ ਦੇ ਵਿੱਚ ਸਰਕਾਰਾਂ ਵੱਲੋਂ ਸਿੰਪਲ ਲੋਲੀਪੋਪ ਦਿੱਤੇ ਗਏ ਨੇ, ਅਫਸਰਸ਼ਾਹੀ ਨਾਲ ਮੀਟਿੰਗ ਹੋਈ ਹੈ ਅਤੇ ਮੀਟਿੰਗ 'ਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੀ ਜਿਹੜੀ ਵੀ ਗ੍ਰੀਵੀਅੰਸ ਨੇ, ਸ਼ਿਕਾਇਤਾਂ ਨੇ ਜਾਂ ਸਰਕਾਰ ਨਾਲ ਤੁਹਾਡੇ ਕੁਝ ਇਤਰਾਜ਼ ਨੇ ਉਹ ਅਸੀਂ ਸਰਕਾਰ ਨੂੰ ਦੱਸ ਦੇਵਾਂਗੇ, ਪਰ ਭਰੋਸਾ ਕਿਸੇ ਨੇ ਵੀ ਨਹੀਂ ਦਿੱਤਾ, ਜਿਸ ਕਾਰਨ ਕੱਲ੍ਹ ਅਤੇ ਪਰਸੋਂ 8 ਅਤੇ 9 ਤਰੀਕ ਨੂੰ ਸਾਂਝਾ ਫਰੰਟ ਹੈ ਜਿਹੜਾ ਉਹ ਇੱਕ ਵਾਰ ਫਿਰ ਹੜਤਾਲ 'ਤੇ ਜਾ ਰਿਹਾ। ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।